ਸਾਰੀ ਪਰਿਵਾਰ ਬਟਾਲਾ ਵੱਲੋਂ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਡੈਫਨਿਟਲੀ ਬੀਜੇਪੀ ਦੇ ਏਜੰਡਾ ਬਣਿਆ ਪਿਆ, ਆਰ ਐਸ ਐਸ ਦਾ ਏਜੰਡਾ ਕਿ ਇਹਨੂੰ ਵਿੱਚ ਵਾਲਿਆ, ਹੋਰ ਇਹਦਾ ਕੁਛ ਨਹੀਂ ਹੈ। ਇਹ ਦੱਸੇ ਮੈਨੂੰ ਸਵੇਰੇ ਉੱਠਦਾ ਆ 8 ਵਜੇ ਤਿਆਰ ਹੋ ਕੇ ਚੱਲ ਜਾਂਦਾ ਉੱਥੇ, ਰਾਤ 11 ਵਜੇ ਅੰਦੋਲਨ ਤੋਂ ਉੱਠ ਕੇ ਸੁਖਦੇਵ ਢਾਬਾ ਆ ਉਹਦੇ ਲਾਗੇ ਰਹਿੰਦਾ ਆ। ਟਿਪ ਟੋਪ ਹੋ ਕੇ ਜਾਂਦਾ, ਕੋਈ ਇਹਦੀ ਕਟਿੰਗ ਤੋਂ ਲਾ ਕੇ ਵੇਖ ਲਓ, ਇਹਦੀ ਡਰੈਸ ਤੋਂ ਲਾ ਕੇ ਵੇਖੋ, ਇਹ ਫਿਲਮੀ ਸਟਾਰ ਹੈ। ਫਿਲਮੀ ਸਟਾਰ ਵਾਂਗੂ ਜਾਂਦਾ ਆ ਉੱਥੇ, 2-3 ਵੀਡੀਓ ਬਣਾਉਂਦਾ, ਵੀਡੀਓ ਬਣਾ ਕੇ ਵਾਪਸ ਆ ਜਾਂਦਾ। ਪ੍ਰੋਬਲਮ ਇਹਦੀ ਇਹ ਆ ਕਿ ਜਦੋਂ ਕਿਸਾਨ ਯੂਨੀਅਨ ਲੀਡ ਕਰ ਰਹੀਆਂ ਆ, ਇਹ ਚਾਹੁੰਦਾ ਕਿ ਮੈਂ ਲੀਡ ਕਰਾਂ। ਮੇਰੀ ਰਿਕਾਰਡਿੰਗ ਦੁਬਾਰਾ ਚੈੱਕ ਕਰ ਲਓ 2022। ਇਹ ਬੰਦਾ 2022 ਇਲੈਕਸ਼ਨ ਲੜੇਗਾ, 100% ਲੜੇਗਾ। ਰਿੰਪਲ ਜੀ, ਸਵਾਗਤ ਹੈ ਤੁਹਾਡਾ ਜੀ ਸਾਡੇ ਚੈਨਲ ਉੱਤੇ। ਰਿੰਪਲ ਜੀ, ਜਿਸ ਤਰੀਕੇ ਨਾਲ ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ, ਉਸ ਨੂੰ ਲੈ ਕੇ ਦੀਪ ਸਿੱਧੂ ਸੁਰਖੀਆਂ ਦੇ ਵਿੱਚ ਆਇਆ, ਉਸ ਤੋਂ ਬਾਅਦ ਵਿਵਾਦਾਂ ਦੇ ਵਿੱਚ ਵੀ ਕਿਰਿਆ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੀਪ ਸਿੱਧੂ ਦੀ ਜਿਹੜੀ ਹੁਣ ਤੱਕ ਦੀ ਜਿਹੜੀ ਗਤੀਵਿਧੀਆਂ ਨੂੰ? ਇਸ ਅੰਦੋਲਨ ਨੂੰ ਜਦੋਂ ਦਾ ਚੱਲਿਆ ਅੰਦੋਲਨ 26 ਤਰੀਕ ਤੋਂ ਜਦੋਂ ਦਿੱਲੀ ਦਾ ਅੰਦੋਲਨ ਚੱਲਿਆ, ਤੁਸੀਂ ਵੇਖੋ ਕਿ ਜਦੋਂ ਇੱਥੋਂ ਕਿਸਾਨ ਯੂਨੀਅਨ ਜਦੋਂ ਗਈਆਂ ਇੱਥੋਂ ਕੂਚ ਕਰੀਆਂ, ਜਦੋਂ ਉਹਨਾਂ ਨੇ ਐਲਾਨ ਕੀਤਾ ਕਿ 26 ਤਰੀਕ ਨੂੰ ਅਸੀਂ ਦਿੱਲੀ ਵੱਲ ਕੂਚ ਕਰਨਾ, ਇਹ ਆਲਰੇਡੀ ਪਹਿਲੋਂ ਸ਼ੰਭੂ ਬੈਰੀਅਰ 'ਤੇ ਧਰਨਾ ਲਾ ਕੇ ਬੈਠਾ ਸੀ ਜੀ। ਠੀਕ ਹੈ, ਕਿਸਾਨ ਯੂਨੀਅਨ ਕਹਿੰਦੀਆਂ ਕਿ 26 ਤਰੀਕ ਨੂੰ ਅਸੀਂ ਉੱਥੇ ਜਾਣਾ ਦਿੱਲੀ। ਇਹ ਜੀ ਕਿਸੇ ਨੇ ਇਹਦੇ ਨਾਲ ਕੋਈ ਸੰਪਰਕ ਨਹੀਂ ਹੈ ਕਿਸਾਨ ਯੂਨੀਅਨ ਨਾਲ, ਨਾ ਉਦੋਂ ਸੀ ਨਾ ਹੁਣ ਆ ਜੀ। ਠੀਕ ਆ, ਇਸ ਬੰਦੇ ਨੇ ਉਹਨਾਂ ਦੇ ਨਾਲ ਪਿੱਛੇ ਜਾਂ ਅੱਗੇ ਲਾ ਲਓ ਨਾਲ ਤੁਰ ਪਿਆ। ਉੱਥੇ ਜਦੋਂ ਬੈਰੀਅਰ ਤੋੜੇ ਗਏ, ਸਾਰਾ ਕੁਛ ਕੀਤਾ ਗਿਆ, ਇਹਨੇ ਆਪਣੀ ਐਡ, ਇਹਦਾ ਏਜੰਡਾ ਹੀ ਹੋਰ ਕੁਛ ਹੋਇਆ। ਅਸਲ 'ਚ ਇਹਦਾ ਏਜੰਡਾ ਇਲੈਕਸ਼ਨ ਲੜਨਾ ਇਹੋ ਹੀ ਆ, ਹੋਰ ਮੈਂ ਨਹੀਂ ਇਹਨੂੰ ਸਮਝਦਾ ਕੁਛ ਇਹਦਾ ਏਜੰਡਾ ਹੈਗਾ। ਕਿਉਂਕਿ ਜਦੋਂ ਬੈਰੀਅਰ ਤੋੜੇ ਗਏ, ਇਹਨੇ ਜਾ ਕੇ ਇਕੱਲੀ ਗੱਡੀ ਲੈ ਕੇ ਤੁਸੀਂ ਬੰਗਲਾ ਸਾਹਿਬ ਜਾ ਕੇ ਮੱਥਾ ਟੇਕ ਕੇ ਫਿਰ ਆ ਗਏ ਜੀ, ਮੈਂ ਬੈਰੀਅਰ ਤੋੜ ਕੇ ਜੀ ਸਭ ਤੋਂ ਪਹਿਲਾਂ ਦਿੱਲੀ ਮੈਂ ਪਹੁੰਚ ਗਿਆ। ਦਿੱਲੀ ਤੇਰੇ ਇਕੱਲੇ ਜਾਣ ਨਾਲ ਥੋੜ੍ਹਾ ਬਣਨੀ ਸੀ ਗੱਲ। ਪਰ ਰਿੰਪਲ ਜੀ, ਜਦੋਂ ਉਹ ਵੀ ਮਾਹੌਲ ਅਸੀਂ ਵੀ ਵੇਖਿਆ, ਅਸੀਂ ਵੀ ਵਾਚ ਕੀਤਾ, ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋਈਆਂ, ਉੱਥੇ ਕਿਸਾਨਾਂ ਨੂੰ ਤਾਂ ਦਿੱਲੀ 'ਚ ਐਂਟਰੀ ਦੇ ਦਿੱਤੀ ਨਹੀਂ, ਅਤੇ ਇਹ ਇਕੱਲੇ ਦੀਪ ਸਿੱਧੂ ਦੀ ਐਂਟਰੀ ਜਿਹੜੀ ਆ ਹੋ ਜਾਂਦੀ ਹੈ ਦਿੱਲੀ ਦੇ ਵਿੱਚ। ਅਸੀਂ ਵੀਡੀਓ ਵੇਖੀਆਂ ਨੇ, ਕਹਿੰਦੇ ਬੜੀ ਮੁਸ਼ਕਲ ਨਾਲ ਅਸੀਂ ਉੱਥੋਂ ਵਾਪਸ ਆ ਰਹੇ ਹਾਂ, ਕਿਸਾਨ ਜਥੇਬੰਦੀਆਂ ਨੇ ਸੰਪਰਕ ਨਹੀਂ ਕੀਤਾ ਸਾਡੇ ਨਾਲ, ਕੋਸ਼ਿਸ਼ ਕੀਤੀ ਗਈ, ਨਹੀਂ ਕੀਤੀ ਗਈ। 3-4 ਮੁੰਡੇ ਸੀਗੇ ਜਿਹੜੇ ਉਹਦੇ ਨਾਲ ਸੀ ਗੱਡੀ ਦੇ ਵਿੱਚ, ਜਿੱਦਾਂ ਵੀਡੀਓ ਦੇ ਵਿੱਚ ਦਿਖਾਈ ਦੇ। ਭਾਅ ਜੀ, ਪ੍ਰੋਬਲਮ ਇਹਦੀ ਇਹ ਆ ਕਿ ਜਦੋਂ ਕਿਸਾਨ ਯੂਨੀਅਨ ਲੀਡ ਕਰ ਰਹੀਆਂ ਆ, ਇਹ ਚਾਹੁੰਦਾ ਕਿ ਮੈਂ ਲੀਡ ਕਰਾਂ। ਭਾਅ ਜੀ, ਉਹਨਾਂ ਨੇ 40-40, 50-50 ਸਾਲ ਧੱਕੇ ਖਾਧੇ ਆ, ਉਹ ਕਿਸਾਨਾਂ ਕਰਕੇ ਧੱਕੇ ਖਾਧੇ ਆ ਜੀ। ਅੱਜ ਜਿਹੜੀ ਅੰਦੋਲਨ ਦੀ ਜਿਹੜੀ ਇੰਨੀ ਵੱਡੀ ਲਹਿਰ ਚੱਲਣ ਡਈ ਹੈ ਨਾ, ਉਹ ਉਹਨਾਂ 30 ਜਥੇਬੰਦੀਆਂ ਕਰਕੇ ਚੱਲਣ ਡਈ ਆ, ਬਲਕਿ ਇਹਦੇ ਕਰਕੇ ਨਹੀਂ। ਇਹ ਵੀਡੀਓ ਜਦੋਂ ਬਣਾਉਂਦਾ ਉਦੋਂ ਕਹਿੰਦਾ ਕਿ ਮੈਂ ਸਾਰੇ ਤੋਂ ਜ਼ਿਆਦਾ ਅੰਦੋਲਨ 'ਚ ਯੋਗਦਾਨ ਪਾਇਆ। ਇਹ ਦੱਸੇ ਮੈਨੂੰ ਸਵੇਰੇ ਉੱਠਦਾ ਆ 8 ਵਜੇ ਤਿਆਰ ਹੋ ਕੇ ਚੱਲ ਜਾਂਦਾ ਉੱਥੇ, ਰਾਤ 11 ਵਜੇ ਅੰਦੋਲਨ ਤੋਂ ਉੱਠ ਕੇ ਸੁਖਦੇਵ ਢਾਬਾ ਆ ਉਹਦੇ ਲਾਗੇ ਰਹਿੰਦਾ ਆ। ਠੀਕ ਆ, ਮੈਨੂੰ ਦੱਸੋ ਇਹਦੀ ਸ਼ਕਲ ਤੋਂ ਲੱਗਦਾ ਹੈ ਕਿ ਉਹ ਧਰਨੇ 'ਤੇ ਬੈਠਾ ਹੈ। ਟਿਪ ਟੋਪ ਹੋ ਕੇ ਜਾਂਦਾ, ਕੋਈ ਇਹਦੀ ਕਟਿੰਗ ਤੋਂ ਲਾ ਕੇ ਵੇਖ ਲਓ, ਇਹਦੀ ਡਰੈਸ ਤੋਂ ਲਾ ਕੇ ਵੇਖੋ, ਇਹ ਫਿਲਮੀ ਸਟਾਰ ਹੈ। ਫਿਲਮੀ ਸਟਾਰ ਵਾਂਗੂ ਜਾਂਦਾ ਆ ਉੱਥੇ, 2-3 ਵੀਡੀਓ ਬਣਾਉਂਦਾ, ਵੀਡੀਓ ਬਣਾ ਕੇ ਵਾਪਸ ਆ ਜਾਂਦਾ। ਇਹਦਾ ਮਕਸਦ ਇਹ ਹੋਈ ਆ ਕਿ ਮੈਂ ਐਡ ਰਵੇ ਮੇਰੀ ਪੂਰੀ ਆ, ਅਤੇ ਮੈਂ ਕੱਲ੍ਹ ਨੂੰ ਜੇ ਮੈਨੂੰ ਕੋਈ ਪਾਰਟੀ ਇਲੈਕਸ਼ਨ ਲੜਾਉਂਦੀ ਆ ਤਾਂ ਮੈਂ ਇਲੈਕਸ਼ਨ 'ਚ ਜਿੱਤ ਕੇ ਵਿਖਾਵਾਂ ਬਸ, ਕਿ ਮੈਂ ਬਹੁਤ ਤੁਹਾਡੇ ਲਈ ਕੀਤਾ ਕਿਸਾਨਾਂ ਲਈ। ਹੋਰ ਇਹਦਾ ਮੇਨ ਮਕਸਦ ਥੋੜ੍ਹਾ ਕੋਈ ਹੈਗਾ ਇੱਥੇ? ਰਿੰਪਲ ਜੀ, ਇੱਕ ਗੱਲ ਹੋਰ, ਜਿੱਦਾਂ ਸਨੀ ਦਿਓਲ ਦੇ ਬਹੁਤ ਕਰੀਬੀ ਰਿਹਾ, ਇਹ ਜਦੋਂ MP ਦੀ ਇਲੈਕਸ਼ਨ ਹੋਈ ਗੁਰਦਾਸਪੁਰ ਦੇ ਵਿੱਚ, ਸਨੀ ਦਿਓਲ ਦੇ ਬਿਲਕੁਲ ਨਾਲ ਵਾਲੀ ਸੀਟ 'ਤੇ ਹੁੰਦਾ ਸੀਗਾ, ਯਾਨੀ ਕਿ ਸਨੀ ਦਿਓਲ ਦੇ ਵਿੱਚ ਇਹਦੇ ਮਤਲਬ ਕਿ ਸਮਝ ਲਈਏ ਵੀ ਫਰਕ ਹੀ ਕੋਈ ਨਹੀਂ ਸੀਗਾ। ਅਤੇ ਇੱਕਦਮ ਜਦੋਂ ਕਿਸਾਨਾਂ ਦਾ ਮੁੱਦਾ ਆਇਆ, ਕਿਸਾਨਾਂ ਦਾ ਇਹ ਅੰਦੋਲਨ ਚੱਲਿਆ, ਤਾਂ ਸਭ ਤੋਂ ਪਹਿਲੇ ਸਨੀ ਦਿਓਲ ਨੂੰ ਛੱਡ ਕੇ ਇਹ ਸਾਹਮਣੇ ਆਏ, ਇਹ ਕਿੱਦਾਂ ਹੋਇਆ? ਭਾਅ ਜੀ, ਮੈਨੂੰ ਦੱਸੋ, ਇੱਕ ਚਿਹਰਾ ਆਪਾਂ ਵੇਖ ਰਹੇ ਹਾਂ ਜੋ ਬੋਲ ਰਿਹਾ ਉਹ ਖੁਦ ਬੋਲ ਰਿਹਾ, ਲੋਕ ਥੋੜ੍ਹਾ ਦੱਸ ਰਹੇ ਆ ਕਿ ਲੋਕ ਦੱਸਣਗੇ ਕਿ ਹਾਂ ਇਹ ਸਾਨੂੰ ਛੱਡ ਗਿਆ। ਮੈਂ ਕਹੀ ਜਾਊਂਗੀ ਜੇ ਮੈਂ ਸਾਰਿਆਂ ਨੂੰ ਛੱਡਦਾ ਜੀ, ਤਾਂ ਤੁਸੀਂ ਮੰਨ ਲਓਗੇ? ਇਹਦਾ ਮੇਨ ਮਕਸਦ ਕੀ ਹੈ? ਮੇਨ ਮਕਸਦ ਸਿਰਫ ਇਹਦਾ ਇਲੈਕਸ਼ਨ ਹੈ ਔਰ ਕੁਛ ਨਹੀਂ ਹੈ। ਤੁਸੀਂ ਵੇਖ ਲਿਓ, 2022 ਦੀ ਇਲੈਕਸ਼ਨ ਆਉਣੀ ਹੈ ਨਾ,
ਤੁਸੀਂ ਕਿਸੇ ਨਾ ਕਿਸੇ 'ਤੇ ਵੇਖੋ ਸੀਟ ਲੜੇਗਾ 100% ਲੜੇਗਾ, ਜੇ ਨਾ ਲੜੇਗਾ ਤਾਂ ਫਿਰ ਕਿਉਂ ਮੈਨੂੰ? ਇਹ ਤੁਹਾਨੂੰ ਕਿੱਦਾਂ ਲੱਗਦਾ ਕਿ ਕਿਹੜੀ ਪਾਰਟੀ ਦੀ ਸਪੋਰਟ ਦੇ ਵਿੱਚ ਜਾ ਰਿਹਾ ਹੋਵੇਗਾ? ਡੈਫੀਨੇਟਲੀ BJP ਦਾ ਏਜੰਡਾ ਬਣਿਆ ਪਿਆ, RSS ਦਾ ਏਜੰਡਾ ਕਿ ਉਹਨੂੰ ਵਿਚਵਾੜਿਆ, ਹੋਰ ਇਹਦਾ ਕੁਛ ਨਹੀਂ ਹੈ। ਕਿਉਂਕਿ ਸਨੀ ਨੂੰ, ਸਨੀ ਇਹਦੇ ਨਾਲ ਗੱਲ ਨਹੀਂ ਕਰਦਾ, ਮੈਂ ਨਹੀਂ ਮੰਨਦਾ ਉਹ ਨਾ ਗੱਲ ਕਰਦਾ ਹੋਊਗਾ, ਇਹਦੀ ਪਰਸਨਲ ਰੰਜਿਸ਼ ਕੀ ਦੱਸੂ ਮੈਨੂੰ? ਇੱਕਦਮ ਕਿਉਂ ਉੱਠ ਕੇ ਆ ਗਿਆ ਹੈ? ਜਦੋਂ ਇਹ ਮੁਹਿੰਮ ਚੱਲਣ ਡਈ ਸੀ, ਜਦੋਂ ਇੱਥੇ ਲੋਕਲ ਲੈਵਲ 'ਤੇ ਪੰਜਾਬ ਲੈਵਲ 'ਤੇ ਅੰਦੋਲਨ ਚੱਲਣ ਡਏ ਸੀ, ਇਹ ਉਦੋਂ ਹੀ ਕਿਉਂ ਵੀਡੀਓ ਬਣਾਉਣੀ ਸ਼ੁਰੂ ਕਰਤੀਆਂ ਸੀ ਇਹਨੇ, ਇਹ ਦੱਸੇ ਨਾ। ਮਤਲਬ ਤੁਹਾਡਾ ਮਤਲਬ ਜਿਹੜੀ ਆ ਕਹਿਣ ਦਾ ਮਤਲਬ ਇਹ ਹੈ ਕਿ ਉਹ ਇੱਕ ਅੰਦੋਲਨ ਨੂੰ ਕੋਈ ਹੋਰ ਦਿਸ਼ਾ ਦੇ ਕੇ ਜਾਂ ਇਸ ਅੰਦੋਲਨ ਨੂੰ ਠੱਪ ਕਰਵਾਉਣ ਦੀ ਨੀਅਤ ਦੇ ਨਾਲ ਕਈ ਵਾਰ ਕੋਸ਼ਿਸ਼ ਕੀਤੀ ਇਸ ਬੰਦੇ ਨੇ, ਕਈ ਵਾਰ। ਤੁਸੀਂ ਵੇਖੋ ਇਹਦੀ ਵੀਡੀਓ ਵੇਖੋ, ਕਦੀ ਇਹ ਉਹਨਾਂ ਨੂੰ ਕਾਮਰੇਡ ਕਹਿ ਦਿੰਦਾ ਕਿਸਾਨੀ ਜਥੇਬੰਦੀਆਂ ਨੂੰ, ਕਦੀ ਇਹ ਕੁਛ ਬੋਲ ਦਿੰਦਾ ਹੈ, ਸਿੱਧਾ ਅਟੈਕ ਕਰਦਾ ਉਹਨਾਂ 'ਤੇ ਹੈ ਜੀ। ਮੇਰੇ ਕਹਿਣ 'ਤੇ ਨਹੀਂ ਲੱਗਦੇ ਜੀ, ਹੁਣ ਕਈ ਜਿਹੜੇ ਇਹਦੇ ਫੀਲੇ ਹੈਗੇ 2-4-5 ਉਹ ਵੀਡੀਓ ਪਾਉਂਦੇ ਜੀ ਇਹਨੂੰ ਅੱਗੇ ਲਿਆਓ ਜੀ, ਇਹ ਬੜਾ ਪੰਜਾਬ ਦਾ ਹੀਰਾ ਆ, ਇਹ ਇਹ ਤੋਂ ਬਗੈਰ ਤੁਹਾਡੀ ਨਹੀਂ ਗੱਲ ਬਣਨੀ। ਆਹ ਮੈਨੂੰ ਇਹ ਨਹੀਂ ਸਮਝ ਆਉਂਦੀ, ਜਿਹੜੇ 30 ਜਥੇਬੰਦੀਆਂ ਆ ਉਹਨਾਂ ਦੇ ਘੱਟੋ 10-10, 20-30 ਮੈਂਬਰ ਆ, 150-200 ਬੰਦਾ ਲੀਡ ਕਰ ਰਿਹਾ ਉੱਥੇ, ਉਹ ਉਹਨਾਂ ਦੀ ਗੱਲ ਨਹੀਂ ਕੋਈ ਮੰਨੂਗਾ ਤਾਂ ਇਹ ਇਕੱਲੇ ਬੰਦੇ ਦੀ ਗੱਲ ਮੰਨੀ ਜਾਊਗੀ? ਦੱਸੋ ਮੈਨੂੰ, ਇਹ ਜਦੋਂ ਦਿੱਲੀ ਗਿਆ ਸੀਗਾ, ਦਿੱਲੀ ਕੀ ਇਹ ਸਰਕਾਰ ਦੀ ਸਹਿਮਤੀ ਦੇ ਨਾਲ ਹੀ ਐਂਟਰ ਹੋ ਸਕਦਾ ਹੋਏਗਾ ਇਹਦਾ ਮਤਲਬ? ਸਰ ਮੈਨੂੰ ਦੱਸੋ, ਉਦੋਂ ਕੋਈ ਦਿੱਲੀ ਕਿਸਾਨ ਯੂਨੀਅਨ ਦੇ ਬੰਦੇ ਹੋਰ ਵੀ ਗਏ ਸੀ ਇਕੱਲੇ, ਉਹਨਾਂ ਨੇ ਪੁਲਿਸ ਨੇ ਫੜ ਲਿਆ ਸੀ, ਤੁਸੀਂ ਰਿਕਾਰਡਿੰਗ ਵੇਖੀ ਹੋਣੀ ਆ, ਵੇਖੀ ਸੀ ਨਾ ਜੀ? ਜੀ, ਉਹ ਰਿਕਾਰਡਿੰਗ ਵੇਖ ਲਓ ਕਿ ਉਹਨਾਂ ਨੂੰ ਜਥੇਬੰਦੀਆਂ ਨੂੰ ਫੜਿਆ ਗਿਆ, ਉਹਨਾਂ ਨੂੰ ਅੰਦਰ ਦਿੱਤਾ ਗਿਆ, ਥਾਣੇ ਬਹਾਇਆ ਗਿਆ 4-4, 5-5 ਗੱਡੇ, ਜਦੋਂ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਇਹਨਾਂ 'ਤੇ ਕਿਸਾਨ ਯੂਨੀਅਨ ਦਾ ਕਿ ਨਹੀਂ ਜੀ ਕਿਸਾਨ ਯੂਨੀਅਨ ਨਹੀਂ ਫੜ ਸਕਦੇ ਤੁਸੀਂ ਕਿਸਾਨਾਂ ਨੂੰ, ਇਹ ਉਦੋਂ ਛੱਡੇ ਗਏ, ਇਹਨੂੰ ਕਿਉਂ ਨਹੀਂ ਫੜਿਆ ਗਿਆ? ਦੱਸੋ ਮੈਨੂੰ, ਦਿੱਲੀ ਦੇ ਵਿੱਚ ਸਾਰਾ ਇਹ ਫਿਰਦਾ ਰਿਹਾ, ਬੰਗਲਾ ਸਾਹਿਬ ਮੱਥਾ ਟੇਕ ਕੇ ਆ, ਹਾਂ ਮੱਥਾ ਟੇਕ ਕੇ ਵੀਡੀਓ ਬਣਾ ਕੇ ਜੀ ਮੈਂ ਵੇਖੋ ਜੀ ਪਹਿਲਾ ਬੰਦਾ ਆਇਆ ਤਾਂ ਸਭ ਤੋਂ ਪਹਿਲੇ 4 ਪਹੁੰਚ ਗਿਆ, ਤੂੰ ਯਾਰ ਤੂੰ ਗੱਡੀ ਇਕੱਲੇ ਭਜਾ ਕੇ ਨਿਕਲ ਜਾਏਗਾ ਤਾਂ ਤੂੰ ਪਹੁੰਚ ਜਾਣਾ, ਦੱਸ ਮੈਨੂੰ ਤੂੰ ਨਾਲ ਲੈ ਕੇ ਚੱਲਣਾ ਸਾਰਿਆਂ ਨੂੰ। ਇਸ ਟਾਈਮ ਜੋ ਹਾਲਾਤ ਹੈ ਨਾ ਉਹ ਦੀਪ, ਚਲੋ ਮੈਂ ਉਹਦੀ ਕੋਈ ਮੇਰੀ ਕੋਈ ਪਰਸਨਲ ਨਹੀਂ ਉਹਦੇ ਨਾਲ ਹੈਗੀ, ਜੋ ਮੈਂ ਵੇਹਨਾ ਮੈਂ ਉਹ ਤੁਹਾਡੇ ਨਾਲ ਗੱਲ ਕਰਨ ਆ, ਦੀਪ ਨੂੰ ਚਾਹੀਦਾ ਜੀ ਬੋਲਣਾ, ਤੁਸੀਂ ਮੁਹਿੰਮ ਨੂੰ ਬੇੜਾ ਗਰਕ ਕਰ ਦੋਗੇ ਜੇ ਬੋਲੋਗੇ। ਮੈਨੂੰ ਦੱਸੋ ਜੀ, ਮੈਂ ਤਾਂ ਲੱਖੇ ਦੀ ਵੀ ਇੱਕ ਦਿਨ ਗੱਲ ਵੇਖੀ ਕਿ ਲੱਖਾ ਸਪੀਚ ਦੇਣ ਡਿਆ ਜੀ, ਸਾਡੀਆਂ ਜਥੇਬੰਦੀਆਂ ਕਾਮਰੇਡ ਆ ਜੀ, ਸਾਡੇ ਜਥੇਬੰਦੀਆਂ ਕਿਸੇ ਦੇ ਆਖੇ ਨਹੀਂ ਲੱਗਦੀ ਯਾਰ, ਮੇਰੀ ਪਰਸਨਲ ਲੜਾਈ ਆ ਜਥੇਬੰਦੀਆਂ ਨਾਲ ਲੜਾਈ, ਆਪਾਂ ਜੇ ਸੈਨਾਪਤੀ ਹੀ ਜਾ ਕੇ ਲੜੂਗਾ ਆਪਸ 'ਚ ਲੜਨ ਲੱਗ ਪਿਆ, ਜਿਹੜੀ ਤੁਹਾਡੀ ਸੈਨਾ ਆ ਉਹਦੇ ਉਹਦਾ ਮੁਰਾਰ ਦਾ ਕੀ ਹਾਲਾਤ ਹੋਊਗਾ ਦੱਸੋ ਮੈਨੂੰ, ਉਹਦੇ ਹਾਲਾਤਾਂ ਦਾ ਕੀ ਬਣੂਗਾ? ਉਹਨਾਂ ਨੂੰ ਵੀ ਪਤਾ ਲੱਗ ਜਾਣਾ ਕਿ ਆਪਸ 'ਚ ਛਿੱਤਰੋ ਛਿੱਤਰੀ ਹੋਣ ਡੇ। ਤੁਸੀਂ ਯਾਰ ਜੇ ਆਪਣੀ ਕੋਈ ਲੜਾਈ ਤੁਹਾਡੀ ਕੋਈ ਰੰਜਿਸ਼ ਆ, ਕੋਈ ਗਿਲੇ ਸ਼ਿਕਵੇ ਆ, ਤੁਸੀਂ ਯਾਰ ਬਹਿ ਕੇ ਕਰੋ, ਨਹੀਂ ਬਹਿ ਕੇ ਕਰਨੇ ਤੁਸੀਂ ਚੁੱਪ ਰਹੋ। ਤੁਸੀਂ ਯਾਰ ਜਿਹੜੀ ਤੁਹਾਡੇ ਨਾਲ ਇੰਨੀ ਸੰਗਤ ਲੱਖਾਂ ਨਾਲ ਜੁੜ ਗਈ ਆ, ਉਹਨਾਂ ਦਾ ਮੁਰਾਰ ਕਿਉਂ ਡੇਗਣ ਡੇ? ਤੁਸੀਂ ਉਹਨਾਂ ਅੱਗੇ ਕੀ ਦੱਸਣਾ ਚਾਹੁੰਦੇ ਕਿ ਮੈਂ ਸੱਚਾ? ਪ੍ਰੋਬਲਮ ਇਹ ਨਹੀਂ ਹੈ ਨਾ ਮੇਰੀ ਲੱਖੇ ਨਾਲ ਪ੍ਰੋਬਲਮ ਹੈ, ਨਾ ਮੇਰੀ ਸਿੱਧੂ ਨਾਲ ਪ੍ਰੋਬਲਮ ਹੈ, ਪ੍ਰੋਬਲਮ ਇਹ ਹੈ ਕਿ ਯਾਰ ਤੁਸੀਂ ਇਸ ਟਾਈਮ ਨਹੀਂ ਬੋਲਣਾ ਬਸ। ਜੇ ਕੋਈ ਤੁਹਾਡੀ ਪ੍ਰੋਬਲਮ ਚੱਲ ਰਹੀ ਹੈ ਨਾ, ਉਹਨਾਂ ਦਾ ਨਹੀਂ ਤੁਹਾਡੀ ਸਹਿਮਤੀ ਬੈਠ ਰਹੀ, ਨਹੀਂ ਤੁਹਾਡੇ ਖਿਆਲਾਤ ਬਹਿ ਰਹੇ ਆਪਸ 'ਚ ਚੰਗੇ ਮਾੜੇ ਜੋ ਵੀ ਹੈਗੇ ਆ, ਤੁਸੀਂ ਯਾਰ ਸ਼ਾਂਤ ਰਹੋ। ਸਟਾਰ ਚਿਹਰਾ ਆਉਂਦਾ, ਕਲਾਕਾਰ ਵੀ ਆਏ ਨੇ, ਬਹੁਤ ਸਾਰੇ ਕਲਾਕਾਰ ਵੀ ਸਾਹਮਣੇ ਆਏ, ਉਹਨਾਂ ਨੇ ਵੀ ਬਿਆਨ ਦਿੱਤੇ ਉੱਥੇ। ਆਪਾਂ ਜੇ ਸੋਚੀਏ ਕਿ ਕਲਾਕਾਰੀ ਦੇ ਤੌਰ 'ਤੇ, ਅਦਾਕਾਰੀ ਦੇ ਤੌਰ 'ਤੇ ਉਹ ਅਗਰ ਆਪਣੇ ਫੈਨਜ਼ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਤਾਂ ਗਲਤ ਤਾਂ ਕਿਤੇ ਕਰ ਨਹੀਂ ਰਿਹਾ ਉਹ। ਭਾਅ ਜੀ ਮੈਨੂੰ ਦੱਸੋ, ਕਲਾਕਾਰ ਦੂਜੇ ਵੀ ਆ ਰਹੇ ਆ ਨਾ, ਆ ਰਹੇ ਆ, ਆਪਣਾ ਸਾਰਾ ਕੁਛ ਛੱਡ ਕੇ ਆਉਂਦੇ ਨਾ, 2-2, 4-4 ਦਿਨ ਰਹਿ ਕੇ ਨਹੀਂ ਜਾਂਦੇ ਆ, ਅਤੇ ਜਸ ਬਾਜਵਾ ਵੀ ਆ, ਹੋਰ ਵੀ ਆ, ਬੱਬੂ ਮਾਨ ਵੀ ਗਿਆ ਸੀ, ਸਾਰੇ ਗਏ ਸੀ, ਉਹ ਜਿੰਨਾ ਜਿੰਨਾ ਹੈਗਾ ਸਾਰੇ ਕਰ ਰਹੇ ਆ, ਪਰ ਉਹ ਫਰੰਟ 'ਤੇ ਨਹੀਂ ਆ ਰਹੇ। ਗੱਲ ਸਮਝੋ, ਤੁਸੀਂ ਲੱਗੇ ਹੋ ਅੱਗੇ, ਤੁਸੀਂ ਲੱਗੇ ਰਹੋ, ਮੈਂ ਫਰੰਟ 'ਤੇ ਨਹੀਂ ਆ ਰਿਹਾ, ਮੈਂ ਤੁਹਾਡੀ ਬੈਕ 'ਤੇ ਖੜ੍ਹਾ ਹਾਂ। ਦੀਪ ਸੋਧੀ ਦੀ ਪ੍ਰੋਬਲਮ ਇਹ ਹੈ, ਉਹ ਬੈਕ 'ਤੇ ਨਹੀਂ ਖੜਨਾ ਚਾਹੁੰਦਾ, ਉਹ ਫਰੰਟ 'ਤੇ ਖੜਨਾ ਚਾਹੁੰਦਾ, ਹੋਰ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਸਪੋਰਟ ਨਹੀਂ ਕਰ ਰਿਹਾ, ਇਹ ਕਹਿ ਰਿਹਾ ਕਿ ਮੈਂ ਫਰੰਟ 'ਤੇ ਖੜਨਾ, ਮੈਂ ਜੋ ਕੁਛ ਕਰ ਰਿਹਾ ਮੈਂ ਲੀਡ, ਪ੍ਰੋਬਲਮ ਲੀਡ ਕਰਨ ਦੀ ਇੱਥੇ। ਉਹ ਆਉਂਦਾ ਜਥੇਬੰਦੀਆਂ ਨਾਲ ਲੀਡ ਕਰਨ, ਜਥੇਬੰਦੀਆਂ ਮੈਨੂੰ ਲੀਡ ਕਰਨ, ਮਤਲਬ ਉਹ ਅੱਗੇ ਲੱਗੇ ਅਤੇ ਜਥੇਬੰਦੀਆਂ ਪਿੱਛੇ ਲੱਗੇ, ਪ੍ਰੋਬਲਮ ਇਹ ਹੋਈ ਹੈ। ਅਤੇ ਕੱਲ੍ਹ ਨੂੰ ਫੈਸਲਾ ਕੋਈ ਆਵੇ ਅਤੇ ਉਹ ਸਭ ਤੋਂ ਕ੍ਰੈਡਿਟ ਉਹ ਆਪ ਲੈਣਾ ਚਾਹੁੰਦਾ ਹੈ ਕਿ ਇਸ ਕ੍ਰੈਡਿਟ 'ਚ ਮੈਂ ਵੀ ਹਿੱਸੇਦਾਰੀ ਪਾਵਾਂ, ਕਿ ਜੋ ਵੀ ਕੱਲ੍ਹ ਨੂੰ ਹੋਵੇ, ਕੱਲ੍ਹ ਨੂੰ ਅੰਦੋਲਨ 'ਚ ਇਹ ਜਿੰਨੇ ਵੀ ਬਿੱਲ ਵਾਪਸ ਲਏ ਜਾਂਦੇ ਆ, ਇਹ ਲੋਕਾਂ 'ਚ ਇਹੋ ਫਿਰ ਇੱਕ ਵੀਡੀਓ ਬਣਾਈ ਜਾਏਗੀ, ਦੇਖੋ ਜੀ ਮੈਂ ਇੰਨਾ ਕੁਛ ਕੀਤਾ ਅੰਦੋਲਨ 'ਚ, ਮੈਂ ਇੰਨਾ ਯੋਗਦਾਨ ਪਾਇਆ, ਉਹਦੇ ਨਾਲ ਮੇਰਾ ਵੀ ਸਾਰਾ
ਇਹੋ ਚੱਲਣਾ, ਹੋਰ ਕੁਛ ਨਹੀਂ ਹੈਗਾ ਉੱਥੇ। ਮਤਲਬ ਉਸ ਕ੍ਰੈਡਿਟ ਨੂੰ ਕਿਤੇ ਨਾ ਕਿਤੇ ਫਿਰ 2022 ਦੀਆਂ ਇਲੈਕਸ਼ਨਾਂ 'ਚ 100% ਮੇਰੀ ਰਿਕਾਰਡਿੰਗ ਦੁਬਾਰਾ ਚੈੱਕ ਕਰ ਲਓ 2022, ਇਹ ਬੰਦਾ 2022 'ਚ ਇਲੈਕਸ਼ਨ ਲੜੇਗਾ, 100% ਲੜੇਗਾ। ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਹੁਣ ਸਾਡੇ ਨੌਜਵਾਨ ਨੇ? ਕਈ ਨੌਜਵਾਨ ਬਹੁਤ ਸਪੋਰਟ ਕਰਦੇ, ਮੈਂ ਦੇਖਿਆ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾਉਂਦੇ ਨੇ, ਲੱਖ ਲੱਖ ਕਈ ਕਈ ਲੱਖ ਵਿਊਜ਼ ਹੋ ਜਾਂਦੇ ਨੇ, ਉਹਨਾਂ ਨੂੰ ਵੇਖਦੇ ਨੇ ਥੱਲੇ ਕਮੈਂਟ ਆਉਂਦੇ ਨੇ ਬੜੇ ਕਿ ਹਾਂ ਦੀਪ ਸਿੱਧੂ ਆਈ ਸਪੋਰਟ ਦੀ ਸਮਥਿੰਗ ਬੜੇ ਹੈ ਨਾ। ਇਹਨਾਂ ਨੌਜਵਾਨਾਂ ਨੂੰ ਮਤਲਬ ਵੀ ਕੀ ਕਹਿਣਾ ਚਾਹੋਗੇ, ਕੀ ਕਹਿ ਕੀ ਕਿਸ ਤਰੀਕੇ ਨਾਲ ਵਾਸ਼ ਕੀਤਾ ਗਿਆ ਉਹਨਾਂ ਨੂੰ ਕੀ ਹੈ? ਐਕਚੁਲੀ ਜਦੋਂ ਦੇਖੋ ਜੋ ਵੀ ਇੱਥੇ ਵਿਖਾਇਆ ਜਾ ਰਿਹਾ ਨਾ ਕਈ ਵਾਰ ਉਹ ਹੁੰਦਾ ਨਹੀਂ ਜੀ। ਮੈਂ ਤੁਹਾਨੂੰ ਇੱਕ ਪਹਿਲੋਂ ਵੀ ਗੱਲ ਕਹੀ ਸੀ ਕਿ ਬੰਦਾ ਜਦੋਂ ਰਿਕਾਰਡਿੰਗ ਇੱਕ ਕਰਦਾ ਨਾ ਆਪਣੀ ਕਰਦਾ, ਤਾਂ ਮੈਂ ਆਪਣੀ ਸਿਫਤ ਆਪੇ ਕਰ ਦਿੰਦਾ, ਅਤੇ ਮੈਂ ਉਹ ਸਿਫਤ ਕੀਤੀ ਅਤੇ ਮੈਂ ਉਹ ਲੋਕਾਂ ਨੂੰ ਦਿਖਾਈ, ਉਹ 5-7-10 ਫੀਲਿਆਂ ਨੇ ਜੀ ਸ਼ੇਅਰ ਕਰਤੀ ਸਾਰਿਆਂ ਨੂੰ। ਯਾਰ ਮਜ਼ਾ ਤਾਂ ਤਾਂ ਹੈ ਨਾ, ਤੇਰੀ ਕੋਈ ਵੀਡੀਓ ਬਣਾਵੇ ਉਹ ਸ਼ੇਅਰ ਕਰੇ ਕਿ ਬਾਈ ਮੇਰਾ ਵੇਖੋ ਕੀ ਕਰ ਰਿਹਾ, ਮੈਨੂੰ ਇੱਕ ਵੀ ਵੀਡੀਓ ਦਿਖਾ ਦਿਉ ਜੀ ਕੀ ਕਰ ਰਿਹਾ। ਸਵੇਰੇ ਟਿੱਚ ਹੋ ਕੇ ਆ ਜਾਂਦਾ ਅਤੇ ਰਾਤ ਨੂੰ ਟਿੱਚ ਹੋ ਕੇ ਜਾਂਦਾ, ਮੈਂ ਵੀ 2-3 ਦਿਨ ਰਹਿ ਗਿਆ ਉੱਥੇ, ਮੈਂ ਵੇਖਿਆ ਮੈਨੂੰ ਤਾਂ ਨਹੀਂ ਲੱਭਾ ਕਿਤੇ ਉੱਥੇ। ਇਹਦੇ ਟੈਂਟ 'ਚ ਵੀ ਮੈਂ ਗਿਆ, ਇੱਥੇ 2-3 ਮੁੰਡੇ ਆਪਣੇ ਇੱਥੇ ਅੰਮ੍ਰਿਤਸਰ ਦੇ ਵੀ ਇਹਦੇ ਨਾਲ ਲੱਗੇ ਆ, ਉਹ ਵਿਚਾਰੇ ਬੈਠੇ ਆ, ਉਹ ਮੈਂ ਕਿੱਥੇ ਦੀਪ ਤੁਹਾਡਾ, ਕਹਿੰਦੇ ਦੀਪ ਜੀ ਉੱਥੇ ਗਏ ਆ ਸੁਖਦੇਵ ਢਾਬੇ 'ਤੇ ਬੈਠੇ। ਅੱਛਾ ਦੱਸੋ ਜੀ ਇਹ ਅੰਦੋਲਨ ਚੱਲਣ ਡਿਆ ਇੱਥੇ? ਮਤਲਬ ਉਹ ਸੁਖਦੇਵ ਢਾਬੇ 'ਤੇ ਹੀ ਰਾਤ ਰੁਕਦੇ ਨੇ ਉੱਥੇ? ਉੱਥੇ 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 ਰਾਤ ਨੂੰ 11-12 ਚੱਲ ਜਾਂਦਾ, ਸਵੇਰੇ 8 ਵਜੇ ਵਾਪਸ ਆ ਜਾਂਦਾ। ਅਤੇ ਉਹ ਫਿਰ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਲੋਕ ਠੰਡ ਦੇ ਵਿੱਚ ਆਪਣੇ ਅੰਦੋਲਨ ਨੂੰ ਲੈ ਕੇ ਚੱਲ ਰਹੇ ਨੇ, ਸੜਕਾਂ 'ਤੇ ਪਏ ਹੋਏ ਨੇ, ਉਹਨਾਂ ਦਾ ਫਿਰ ਬੜਾ ਕੰਪੈਰੀਜ਼ਨ ਤਾਂ ਹੋ ਨਹੀਂ ਸਕਦਾ ਵਿਕਰਮ ਜੀ? ਹਾਲਾਤ ਇਹੋ ਜਿਹੇ ਆ, ਮੈਂ 2 ਦਿਨ ਰਹਿ ਕੇ ਆਇਆ ਉੱਥੇ। ਤੁਸੀਂ ਪੰਜਾਬ ਨੇ ਉਹ ਮੁਹਿੰਮ ਛੇੜੀ ਆ ਸ਼ਾਇਦ ਹਿਸਟਰੀ 'ਚ ਨਹੀਂ ਛੇੜੀ ਜਾਣੀ। ਪੰਜਾਬ ਉੱਠਿਆ ਉਹਦੇ ਨਾਲ ਹਰਿਆਣਾ ਉੱਠਿਆ, ਹਰਿਆਣੇ ਤੋਂ ਬਾਅਦ UP ਉੱਠਿਆ, ਰਾਜਸਥਾਨ ਉੱਠਿਆ, ਉੱਤਰਾਖੰਡ ਉੱਠਿਆ। ਤੁਸੀਂ ਵੇਖਿਆ ਉੱਤਰਾਖੰਡ ਨੇ ਕੀ ਕੀਤਾ ਅੱਜ 2 ਦਿਨ ਪਹਿਲਾਂ ਜੀ? ਇਹ ਸਾਰੀ ਪੰਜਾਬ ਦੀ ਸਾਰੀ ਜਿੰਨੀ ਮੁਹਿੰਮ ਸੀ ਉਹਦੇ ਬਦੌਲਤ ਹੋਇਆ। ਬਿਲਕੁਲ, ਜੋ ਪੰਜਾਬ ਦੇ ਨੌਜਵਾਨਾਂ ਨੇ ਕੀਤਾ ਉਹੀ ਜੋ ਉਹਨਾਂ ਨੇ ਉੱਥੇ ਉਹਦੀ ਮਤਲਬ ਆਪਣੇ BJP ਨੇ ਜੋ ਵੀ ਕਰਨਾ ਸੀ ਨਾ, ਕਿੰਨਾ ਪ੍ਰੋਪੋਗੰਡਾ ਕੀਤਾ ਇਹਨਾਂ ਨੇ, ਕਿੰਨਾ ਖਿਲਾਫ਼ ਬੋਲੇ, ਜਿੰਨੇ ਵੀ ਇਹਨਾਂ ਦੇ ਚੈਨਲ ਆ, ਕੋਈ ਇਹਨਾਂ ਨੂੰ ਖਾਲਿਸਤਾਨੀ ਕਹਿ ਰਿਹਾ, ਕੋਈ ਇਹਨਾਂ ਨੂੰ ਕਹਿ ਰਿਹਾ ਜੀ ਪਾਕਿਸਤਾਨੀ ਹੈ ਜੀ, ਕੋਈ ਕਹਿ ਰਿਹਾ ਜੀ ਦੇਸ਼ ਦਰੋਹੀ ਆ। ਦੇਖੋ ਜੇ ਕਿਸੇ ਮੈਂ ਕਹਿੰਦਾ ਜੀ ਖਾਲਿਸਤਾਨ ਦੀ ਗੱਲ ਕਰਦੇ ਆ, ਮੈਂ ਟੋਪਿਕ 'ਤੇ ਛੇੜ ਹੀ ਲੈਣਾ, ਖਾਲਿਸਤਾਨ ਦਾ ਮਤਲਬ ਕੀ ਆ? ਮੈਂ ਆਪਣਾ ਆਪਣੀ ਕੌਮ ਦਾ ਇੱਕ ਆਪਣਾ ਦੇਸ਼ ਬਣਾਉਣਾ ਚਾਹੁੰਦਾ, ਇਹੋ ਜਿਹਾ। ਬਿਲਕੁਲ, ਮੈਨੂੰ ਇਹ ਦੱਸੋ ਇਹਨਾਂ ਦੇ ਲੀਡਰ ਜਿਹੜੇ BJP ਦੇ ਲੀਡਰ ਆ, ਜਿਹੜੇ ਥੱਲੜੇ ਲੀਡਰ ਆ, ਇਹ ਹਿੰਦੂ ਰਾਸ਼ਟਰ ਨਹੀਂ ਬਣਾਉਣਾ ਚਾਹੁੰਦੇ? ਉਹ ਕਿੰਨੇ ਬਿਆਨ ਹੈ ਕੱਢ ਕੇ ਵੇਖ ਲਓ, ਇਹ ਹਿੰਦੂ ਰਾਸ਼ਟਰ ਦਾ ਮਤਲਬ ਕੀ ਫਿਰ ਦੱਸੋ ਮੈਨੂੰ ਨਾ। ਮਤਲਬ ਜੇ ਖਾਲਿਸਤਾਨ ਵਾਲੇ ਅੱਤਵਾਦੀ ਹੈ ਤਾਂ ਫਿਰ ਹਿੰਦੂ ਰਾਸ਼ਟਰ ਵਾਲੇ ਵੀ ਅੱਤਵਾਦੀ ਹੋਏ ਨਾ, ਉਹ ਕਹਿੰਦੇ ਸਾਡੇ ਝੰਡੇ ਥੱਲੇ ਸਾਰੇ ਰਹਿਣ। ਅਤੇ ਜੇ ਯਾਰ ਵੇਖੋ ਪਰਸਨਲ ਰਾਏ ਆ, ਕੋਈ ਵੀ ਕੁਛ ਵੀ ਮੰਗ ਸਕਦਾ ਯਾਰ, ਜੇ ਤੁਹਾਡੇ ਲੀਡਰ ਮੇਨ ਮਾਈਕ 'ਤੇ ਆ ਗਏ, ਆਪਣੇ ਚੈਨਲ ਅੱਗੇ ਉਹ ਜਾ ਕੇ ਕੋਈ ਸਪੀਚ ਕਰ ਦਿੰਦੇ ਆ ਕਿ ਜੇ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ, ਅਤੇ ਯਾਰ ਜੇ ਇਹਨਾਂ ਨੇ ਖਾਲਿਸਤਾਨ ਕਹਿ ਤਾਂ ਕੀ ਐਡੀ ਗੱਗ ਲੱਗ ਗਈ ਤੁਹਾਨੂੰ ਦੱਸੋ ਮੈਨੂੰ? ਉਹ ਨਾਲੇ ਇੱਥੇ ਸਟੇਜ 'ਤੇ ਨਹੀਂ ਕੋਈ ਬੋਲ ਰਿਹਾ ਯਾਰ, ਕੋਈ ਪਰਸਨਲ ਇੱਥੇ 1.5-2 ਲੱਖ ਬੰਦਾ ਬੈਠਾ ਆ, ਜੇ 1.5-2 ਲੱਖ 'ਚ ਬੰਦੇ 4-5 ਬੰਦਿਆਂ ਨੇ ਬੋਲਤਾ, ਇਹਦਾ ਮਤਲਬ ਥੋੜ੍ਹਾ ਖਾਲਿਸਤਾਨ ਬਣ ਜਾਣਾ ਯਾਰ। ਇੱਕ ਗੱਲ ਹੋਰ ਰਿੰਪਲ ਜੀ, ਜਦੋਂ ਵੀ ਅਸੀਂ ਚਲੋ ਕਈ ਵਾਰੀ ਪ੍ਰੈਸ ਕਾਨਫਰੰਸ ਹੁੰਦੀਆਂ ਨੇ, ਪੁਲਿਸ ਨੇ 5 ਖਾਲਿਸਤਾਨੀ ਆਗੂ ਫੜ ਲਏ, ਪੁਲਿਸ ਨੇ ਖਾਲਿਸਤਾਨੀ ਸਪੋਰਟਰ ਫੜ ਲਏ, ਇਹ ਕੀ ਖਾਲਿਸਤਾਨੀ ਇੱਕ ਜਿਹੜੀ ਆ ਉਹਨੂੰ ਮਤਲਬ ਵੀ ਅੱਤਵਾਦੀ ਕਹਿ ਦਿੱਤਾ ਜਾਂਦਾ ਪੁਲਿਸ ਵੱਲੋਂ ਵੀ, ਕਈ ਵਾਰੀ ਸਰਕਾਰਾਂ ਦੇ ਕਹਿਣ 'ਤੇ ਹੁੰਦਾ ਉਹ, ਹੈ ਨਾ? ਅਤੇ ਉਹ ਜਦੋਂ ਆਪਾਂ ਕਿਉਂਕਿ ਇੱਕ ਕਈ ਸੰਸਥਾਵਾਂ ਹੁੰਦੀਆਂ, ਇੱਕ ਖਾਲਿਸਤਾਨ ਵੀ ਸਮਝ ਲਈਏ ਵੀ ਇੱਕ ਸੰਸਥਾ ਹੀ ਹੈ ਜਿਹਦੇ ਨਾਲ ਲੋਕ ਜੁੜੇ ਨੇ, ਲੋਕ ਮੰਗਦੇ ਨੇ ਵੀ ਆਪਣਾ ਦੇਸ਼ ਹੋਣਾ ਚਾਹੀਦਾ, ਵੱਖਰਾ ਸਾਨੂੰ ਚਾਹੀਦਾ ਹੈ, ਅਤੇ ਉਹ ਜਦੋਂ ਇੱਦਾਂ ਦੀ ਗੱਲ ਆਉਂਦੀ ਹੈ ਤਾਂ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਬਿਕਰਮ ਜੀ ਦੱਸੋ ਖਾਲਿਸਤਾਨ ਮੰਗਦੇ ਹੀ ਕਿਉਂ ਆ? ਇਸੇ ਕਰਕੇ ਅੰਦੋਲਨ ਕਿਉਂ ਉੱਠਿਆ? ਜੇ ਤੁਸੀਂ ਉੱਚੀਆਂ ਰਕਤਾਂ ਨਾ ਕਰੋ ਤਾਂ ਖਾਲਿਸਤਾਨ ਮੰਗੇ ਕਿਉਂ? ਜੰਮੂ ਕਸ਼ਮੀਰ ਵਾਲੇ ਜੇ ਉੱਚੀਆਂ ਰਕਤਾਂ ਕਰੋ ਤਾਂ ਜੰਮੂ ਕਸ਼ਮੀਰ ਵਾਲੇ ਜਾਣ ਕਿਉਂ ਕਹਿਣਗੇ ਸਾਨੂੰ ਅੱਡ ਕਰੋ? ਠੀਕ ਆ, ਅਰੁਣਾਚਲ ਪ੍ਰਦੇਸ਼ ਵਾਲਾ ਇਸੇ ਪੰਗਾ ਇੱਕ ਥੋੜ੍ਹਾ ਪੰਗੇ ਦਾ ਡਹਿ ਗਿਆ, ਇਸੇ ਕਰਕੇ ਪੰਗੇ ਪੈਂਦੇ ਆ। ਅਗਰ ਤੁਸੀਂ ਸਾਰਿਆਂ ਨੂੰ ਇਕੱਠੇ ਲੈ ਕੇ ਤੁਰੋ, ਇਹਨਾਂ ਦੀ ਆਈਡੋਲੋਜੀ ਵਾਜਪੇਈ ਵਗੈਰ ਹੀ ਹੁੰਦੀ, ਵਾਜਪੇਈ ਅੱਜ ਜਿੰਦਾ ਆਉਂਦਾ ਅਤੇ ਇਹ ਹਾਲਾਤ ਹੁੰਦੇ ਕਦੇ ਵੀ ਨਹੀਂ ਹੁੰਦੇ, ਕਦੀ ਵੀ ਨਹੀਂ ਹੁੰਦੇ, ਕਿਉਂਕਿ ਵਾਜਪੇਈ ਵਰਗੀ ਡੋਲਜੀ ਤਾਂ ਹੈਗੀ ਨਹੀਂ ਇਹਨਾਂ ਕੋਲ। ਇਹ ਮੋਦੀ, ਅਮਿਤ ਸ਼ਾਹ, ਇਹ ਗੁੰਡੇ,
ਇਹਨਾਂ ਦਾ ਕੰਮ ਕੀ ਆ, ਕਿਸੇ ਨੂੰ ਬੋਲਣ ਨਹੀਂ ਦੇਣਾ। ਆਹ ਹੁਣ ਵੇਖ ਲਓ ਤੁਸੀਂ ਜਿੰਨੇ ਹਾਲਾਤ ਬਣ ਰਹੇ ਆ, ਇੱਕ ਵਾਰ ਵੀ ਉਸ ਬੰਦੇ ਨੇ ਕਿਹਾ ਕਿ ਹਾਂ ਯਾਰ ਮੈਂ ਜਾ ਕੇ, ਤੁਸੀਂ ਆਪ ਜਾਓ ਉੱਥੇ ਜਿੱਥੇ ਕਿਸਾਨ ਅੰਦੋਲਨ ਚੱਲਣ ਡਿਆ ਕਿ ਜਾ ਕੇ ਉਹਨਾਂ ਨਾਲ ਗੱਲ ਕਰੋ। ਯਾਰ ਨਹੀਂ, ਜਦੋਂ ਬਿਆਨ ਆਉਂਦਾ ਇਹਦਾ ਪੁੱਠਾ ਹੀ ਆਉਂਦਾ ਕੋਈ ਨਾ ਕੋਈ। ਇਹਨੇ ਬਸ ਖਾਲਿਸਤਾਨ ਹੀ ਹੈ ਜੀ, ਉਹ ਫੀਲੇ ਰੱਖੇ ਆ, ਇੱਕੋ ਕੰਗਣਾ ਜੀ ਰੱਖੀ ਆ, ਇੱਕੋ ਪਾਇਲ ਰੱਖੀ ਆ, ਉਹ ਬੋਲੀ ਜਾਣ ਡਈ ਆ। ਦੱਸੋ ਮੈਨੂੰ ਉਹ ਬੋਲੇ ਤਾਂ ਉਹ ਕੋਈ ਗੱਲ ਨਹੀਂ ਆ, ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਆ, ਉਹ ਜੈ ਰਾਮ ਜੈ ਸ਼੍ਰੀ ਰਾਮ ਕਰਦੀ ਆ, ਉਹ ਨਹੀਂ ਕੋਈ ਗੱਲ। ਅਤੇ ਜੇ ਇਹ ਖਾਲਿਸਤਾਨ ਕਹਿ ਦਿੰਦੇ ਆ, ਜੇ ਬਲੇ ਸੋ ਨਿਹਾਲ ਕਹਿ ਦਿੰਦੇ ਤਾਂ ਖਾਲਿਸਤਾਨ ਵੀ ਹੋ ਜਾਂਦੇ, ਇਹ ਕੋਈ ਗੱਲ ਥੋੜ੍ਹੀ ਹੈਗੀ। ਦਿੰਪਲ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਆਪਾਂ, ਚਲੋ ਜਿੰਨੀਆਂ ਕਿ ਇੱਕ ਨੌਜਵਾਨ ਦੇ ਆਪਣੇ ਭਾਵ ਜਿਹੜੇ ਅੰਦਰੂਨੀ ਸੀਗੇ ਉਹ ਬਾਹਰ ਆਏ ਨੇ, ਕਿਉਂਕਿ ਅਕਸਰ ਜਿਹੜਾ ਹੁਣ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ 'ਤੇ ਹਰੇਕ ਵਰਗ ਦੀ ਜਿਹੜੀ ਹੈ ਨਜ਼ਰ ਬਣੀ ਹੋਈ ਹੈ, ਅਤੇ ਹਰੇਕ ਵਰਗ ਜਿਹੜਾ ਹੈ ਕਿਸਾਨ ਅੰਦੋਲਨ ਦੀ ਸਪੋਰਟ ਦੇ ਵਿੱਚ ਹੈ, ਅਤੇ ਆਪਣੇ ਆਪਣੇ ਵਿਚਾਰ ਜਿਹੜੇ ਨੇ ਉਹ ਸਾਹਮਣੇ ਜ਼ਰੂਰ ਰੱਖ ਰਹੇ ਨੇ।